ਪਰਸੋਂ ਜਿਹੜੀ ਇੱਕ ਇਨਪੁੱਟ ਆਈ ਸੀ ਉਹ ਪਠਾਨਕੋਟ ਦੇ ਵਿੱਚ ਸੀਗੀ। ਹਾਲਾਂਕਿ ਆਪਣੇ ਇੱਥੇ ਕੋਈ ਇਸ ਤਰ੍ਹਾਂ ਦੀ ਮੂਵਮੈਂਟ ਹਲੇ ਨਹੀਂ ਦੇਖੀ ਗਈ ਹੈ, ਬਟ ਅਸੀਂ ਜਿਹੜਾ ਪਠਾਨਕੋਟ ਤੋਂ ਲੱਗਦਾ ਹੋਇਆ ਸਾਡਾ ਏਰੀਆ ਹੈ ਦੀਨਾਨਗਰ ਬਹਿਰਾਮਪੁਰ, ਉਹਨੂੰ ਅਲਰਟ 'ਤੇ ਕੀਤਾ ਹੋਇਆ ਹੈ। ਚਾਰੋਂ ਪਾਸੇ ਜਿੱਥੇ ਜਿੱਥੇ ਸਸਪੈਕਟਡ ਲੋਕੈਲਿਟੀਜ਼ ਹੈ ਜਾਂ ਫਿਰ ਬੇਆਬਾਦ ਏਰੀਆ ਹੈ ਉੱਥੇ ਸਰਚ ਆਪਰੇਸ਼ਨ ਕੀਤੇ ਜਾ ਰਹੇ ਹਨ। ਸਪੈਸ਼ਲੀ ਉਹਨਾਂ ਦੇ ਜਿਹੜੇ ਸਕੈਚ ਜਾਰੀ ਕੀਤੇ ਗਏ ਹੈ ਉਹ ਲੋਕਾਂ ਦੇ ਵਿੱਚ ਸਰਕੂਲੇਟ ਕੀਤੇ ਗਏ ਹਨ, ਅਤੇ ਲੋਕਾਂ ਨੂੰ ਥਰੋ ਵਟਸਐਪ ਮੈਸੇਜਿਸ ਆਲਸੋ ਅਵੇਅਰ ਕੀਤਾ ਗਿਆ ਕਿ ਕਿਤੇ ਵੀ ਕੋਈ ਸਸਪੀਸ਼ੀਅਸ ਬੰਦਾ ਨਜ਼ਰ ਆਉਂਦਾ ਤਾਂ ਇਮੀਡੀਏਟਲੀ ਪੁਲਿਸ ਨੂੰ ਸੂਚਨਾ ਦਿੱਤੀ ਜਾਏ। ਨਹੀਂ, ਉਸ ਪਾਸੇ ਵੀ ਕੀਤਾ ਜਾ ਰਿਹਾ। ਸਾਡੀ ਨੱਕ ਸਾਡੀ ਉੱਥੇ ਇੱਕ ਚੈੱਕ ਪੋਸਟ ਵੀ ਹੈਗੀ, ਮਰਾੜਾ ਦੀ ਚੈੱਕ ਪੋਸਟ ਹੈ, ਮਕੌੜਾ ਦੀ ਵੀ ਚੈੱਕ ਪੋਸਟ ਹੈ। ਸੋ ਉੱਥੇ ਪੈਟਰੋਲਿੰਗ ਵੀ ਹੁੰਦੀ ਹੈ, ਬਾਈਕ ਪੈਟਰੋਲਿੰਗ ਵੀ ਹੁੰਦੀ ਹੈ, ਸਾਡੇ ਜਿਹੜੇ BP ਟਰੈਕਟਰਸ ਉੱਥੇ ਸਟੇਸ਼ਨਰੀ ਖੜ੍ਹੇ ਵੀ ਰਹਿੰਦੇ ਆ ਅਤੇ ਨਾਕਾ ਚੈਕਿੰਗ ਵੀ ਕਰਦੇ ਆ, ਕਿਉਂਕਿ ਉਹ ਬੜਾ ਹੀ ਸੁਨਸਾਨ ਜਿਹਾ ਏਰੀਆ, ਉੱਥੇ ਬਹੁਤ ਕਮ ਮੂਵਮੈਂਟ ਹੁੰਦੀ ਹੈ। ਸੋ ਜੋ ਵੀ ਕੋਈ ਮੂਵਮੈਂਟ ਹੁੰਦੀ ਹੈ ਉਹ ਡਾਇਰੈਕਸ਼ਨ ਦਿੱਤੇ ਗਏ ਕਿ ਹਰੇਕ ਬੰਦੇ ਦੀ ਚੈਕਿੰਗ ਅਤੇ ਫਰਿਸਕਿੰਗ ਕੀਤੀ ਜਾਏ। ਅਸੀਂ ਅਲਰਟ 'ਤੇ ਹੈਗੇ, ਹਲੇ ਇਸ ਤਰ੍ਹਾਂ ਦੀ ਕੋਈ ਚਿੰਤਾ ਵਾਲੀ ਬਾਤ ਇੱਥੇ ਨਹੀਂ ਹੈਗੀ, ਬਟ ਅਸੀਂ ਫਿਰ ਵੀ ਅਲਰਟ 'ਤੇ ਹੈ ਐਂਡ ਚੈਕਿੰਗ ਜੋ ਹੈ ਕੰਟੀਨਿਊ ਕੀਤੀ ਜਾ ਰਹੀ ਹੈ। ਫਿਲਹਾਲ ਜਿਹੜੇ ਆ ਉਹਨਾਂ ਨੇ ਜੋ ਲਾਈਵ ਉੱਥੇ ਵਿਟਨੈਸ ਸੀਗੇ ਉਹਨਾਂ ਨੇ ਜਿਸ ਤਰ੍ਹਾਂ ਦੇਖਿਆ ਹੈ ਉਹ ਕਰੀਬ 6 ਤੋਂ 7 ਵਿਅਕਤੀ ਸੀਗੇ ਜੋ ਸੰਦਿਗਧ ਹੈਗੇ, ਉਹਨਾਂ 'ਤੇ ਜਾਰੀ ਕੀਤੇ ਹਨ, ਬਟ ਉਹਨਾਂ ਦੀ ਹਾਲੇ ਭਾਲ ਚੱਲ ਰਹੀ ਹੈ। ਕੰਸਰਨ ਡਿਸਟ੍ਰਿਕਟ ਪੁਲਿਸ ਜੋ ਉਹਦੇ 'ਤੇ ਵਰਕ ਕਰ ਰਹੀ ਹੈ। ਉਹ ਥਰੋ ਸੋਸ਼ਲ ਮੀਡੀਆ ਜਿਹੜਾ ਉਹਨਾਂ ਦਾ ਮੈਸੇਜ ਹੈ ਪੁਲਿਸ ਵੱਲੋਂ ਜਿਹੜਾ ਸਰਕੂਲੇਟ ਕੀਤਾ ਗਿਆ ਉਹ ਜਿਹੜਾ ਹੈ ਉਹ ਸਰਕੂਲੇਟ ਕੀਤਾ ਗਿਆ। ਥਾਣੇ ਲੈਵਲ 'ਤੇ ਲੋਕਲ ਲੋਕਾਂ ਨੂੰ ਜਿਹੜਾ ਹੈ ਉਹ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ, ਪੋਸਟਰਸ ਪ੍ਰਿੰਟ ਆਊਟ ਕਰਕੇ ਲਾਏ ਗਏ ਹਨ ਤਾਂ ਕਿ ਆਮ ਜਨਤਾ ਨੂੰ ਵੀ ਉਹਦੇ ਬਾਰੇ ਸੂਚਨਾ ਹੋਵੇ। ਜਦੋਂ ਇਹ ਉਹ ਵੈਰੀਫਾਈ ਹੋ ਕੇ ਕਲੀਅਰ ਹੋ ਜਾਂਦਾ ਤਾਂ ਉਹ ਵੀ ਅਪਡੇਟ ਕੀਤੀ ਜਾਏਗੀ। ਸਰ, ਦੀਨਾਨਗਰ ਦੇ ਨਾਲ ਦੇ ਪਿੰਡਾਂ 'ਚ ਕਿੰਨੇ ਸਰਚ ਆਪਰੇਸ਼ਨ ਕੀਤਾ ਗਿਆ ਜੀ? ਕੱਲ੍ਹ ਵੀ ਉੱਥੇ 2 ਸਰਚ ਆਪਰੇਸ਼ਨ ਜਿਹੜੇ ਦੀਨਾਨਗਰ ਬਹਿਰਾਮਪੁਰ ਦੇ ਵਿੱਚ ਕੀਤੇ ਗਏ ਹਨ, ਅੱਜ ਵੀ ਕੀਤੇ ਜਾ ਰਹੇ ਹਨ। ਸੋ ਬੇਸਿਕਲੀ ਇਹ ਲੋਕੈਲਿਟੀ ਵਾਈਜ਼ ਕੀਤੇ ਜਾ ਰਹੇ ਹਨ, ਜਿੱਥੇ ਵੀ ਐਡਜੋਇਨਿੰਗ ਏਰੀਆ ਹੈ ਜਾਂ ਜੋ ਇਸ ਤਰ੍ਹਾਂ ਦਾ ਬੇਆਬਾਦ ਹੈ, ਕਈ ਰੇਲਵੇ ਲਾਈਨ ਦੇ ਨੇੜੇ ਦੇ ਹਨ, ਕਈ ਪੁਰਾਣੀ ਬਿਲਡਿੰਗਸ ਹੈ, ਸੋ ਜਿਹਨੂੰ ਕੋਈ ਠਹਿਰ ਬਣਾ ਸਕਦਾ ਜਾਂ ਜਿੱਥੇ ਕੋਈ ਰਹਿ ਸਕਦਾ, ਸੋ ਇਸ ਤਰ੍ਹਾਂ ਦੀ ਜਿਹੜੀ ਲੋਕੈਲਿਟੀਜ਼ ਉਹਨੂੰ ਸਰਚ ਕੀਤਾ ਜਾ ਰਿਹਾ। ਮੁਹੱਲੇ ਦੇ ਵਿੱਚ ਉੱਦਾਂ ਵੀ ਲੋਕ ਰਹਿੰਦੇ ਤਾਂ ਉਹ ਇਨਫੋਰਮ ਕਰੀ ਰਹਿੰਦੇ ਸਾਨੂੰ ਜੀ। ਲਾਸਟ ਟਾਈਮ ਵੀ ਸਾਨੂੰ ਇਨਫੋਰਮੇਸ਼ਨ ਆਈ ਸੀ, ਅਸੀਂ ਉਹਨੂੰ ਵੈਰੀਫਾਈ ਕੀਤਾ ਸੀ। ਸਰ, ਜਿਸ ਤਰ੍ਹਾਂ ਕੱਲ੍ਹ ਕਾਰਗਿਲ ਵਿਜੈ ਦਿਵਸ ਵੀ ਹੈਗਾ ਵਾ, ਲੱਗਦਾ ਵੀ ਕੋਈ ਸ਼ਰਾਰਤੀਆਂ ਸੀ ਜਾਂ ਉਹਦੀ ਘਟਨਾ ਜਾਂ ਉਹਦੀ ਕੋਈ ਸ਼ਰਾਰਤ ਹੋਈ? ਨਹੀਂ, ਅਭੀ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਹੈ, ਬਟ ਅਸੀਂ ਫਿਰ ਵੀ ਅਲਰਟ 'ਤੇ ਹੈਗੇ। ਅਸੀਂ ਆਪਣੇ ਪੁਲਿਸ ਸਟੇਸ਼ਨਸ ਨੂੰ ਐਡਵਾਈਜ਼ਰੀਜ਼ ਜਾਰੀ ਕੀਤੀ ਹੈ ਕਿ ਉਹ ਜਿਹੜਾ ਆਪਣੇ ਜਿੰਨੇ ਵੀ ਏਰੀਆ ਹੈ ਉਹਨਾਂ ਦੇ ਅੰਦਰ ਪੈਂਦੇ ਆ ਉੱਥੇ ਚੈਕਿੰਗ ਅਤੇ ਸਰਚ ਆਪਰੇਸ਼ਨ ਪ੍ਰੋਪਰਲੀ ਕਰਦੇ ਰਹਿਣ, ਐਂਡ PCR ਅਤੇ ਜਿਹੜੇ ਪੈਟਰੋਲਿੰਗ ਵਹੀਕਲਸ ਹੈ ਉਹ ਸਪੈਸ਼ਲੀ ਅਲਰਟ 'ਤੇ ਰਹਿਣ। ਕਿੱਥੇ ਵੀ ਕੋਈ ਸੰਦਿਗਧ ਜਾਂ ਕੋਈ ਸਸਪੈਕਟਡ ਗੱਡੀ ਜਾਂ ਕੋਈ ਵਿਅਕਤੀ ਨਜ਼ਰ ਆਉਂਦਾ ਉਹਦੀ ਚੈਕਿੰਗ